ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸਿਕ ਸ਼ਹਿਰ ਗਿੱਦੜਬਾਹਾ, ਜਿੱਥੇ ਸ਼ਹਿਰ ਨੂੰ ਕਲਾਕਾਰਾਂ ਦੀ ਧਰਤੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਉੱਥੇ ਹੀ ਅਨੇਕਾਂ ਹੀ ਕਲਾਕਾਰਾਂ ਦੇ ਨਾਲ ਨਾਲ ਅਨੇਕਾਂ ਹੀ ਪਹਿਲਵਾਨ ਇਸ ਗਿੱਦੜਬਹਾੜੇ ਦਿੱਤੇ ਨੇ। ਸਿਆਸਤ ਤੌਰ 'ਤੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਇੱਥੋਂ ਮੁੱਖ ਮੰਤਰੀ ਬਣ ਕੇ ਵਿਧਾਨ ਸਭਾ ਦੇ ਵਿੱਚ ਪਹੁੰਚੇ ਸੀ। ਹੋਰ ਵੀ ਅਨੇਕਾਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਨਾਂ ਸ਼ਹਿਰ ਗਿੱਦੜਬਾਹਾ ਦੇ ਨਾਲ ਜੁੜਿਆ ਗਿਆ, ਔਰ ਦੂਸਰੇ ਪਾਸੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਵੀ ਹੈ ਗਿੱਦੜਬਾਹਾ। ਗਿੱਦੜਬਾਹਾ ਸ਼ਹਿਰ ਹੈ ਜੀ, ਜਿਹੜਾ ਜੇ ਸ਼ਹਿਰ ਦੇ ਤੌਰ 'ਤੇ ਦੇਖੀਏ ਤਾਂ ਸਭ ਤੋਂ ਪਹਿਲਾਂ ਜੋ ਸ਼ਹਿਰ ਹੈ ਜਿਹੜਾ ਇਹ ਵਸਾਇਆ ਗਿਆ 1909 ਦੇ ਵਿੱਚ, ਆਪਾਂ ਪੱਥਰ ਲੱਗੇ ਪੜ੍ਹਦੇ ਹਾਂ, ਔਰ ਇਹ ਅੰਗਰੇਜ਼ਾਂ ਦੀ ਵਸਾਈ ਹੋਈ ਇੱਕ ਇਹੋ ਜਿਹੀ ਮੰਡੀ ਹੈ, ਇਹੋ ਜਿਹਾ ਸ਼ਹਿਰ ਹੈ ਜਿਹਦੇ ਵਿੱਚ ਚਾਰ ਦਰਵਾਜ਼ੇ ਇਸ ਤਰ੍ਹਾਂ ਦੇ ਬੁਲਾਏ ਗਏ ਸੀ ਕਿ ਪੂਰੀ ਮੰਡੀ ਬੰਦ ਹੋ ਜਾਂਦੀ ਸੀ, ਚਾਰ ਮੋਰੀਆਂ ਰੱਖੀਆਂ ਗਈਆਂ ਸੀ ਤਾਂ ਜੋ ਕੋਈ ਰਾਤ ਸਮੇਂ 'ਚ ਇੱਕੋ ਸੰਤਰੀ ਵੀ ਪਹਿਰਾ ਦੇ ਸਕਦਾ ਸੀ, ਔਰ ਇੱਕ ਘੰਟਾ ਘਰ ਲੱਗਿਆ ਸੀ ਜਿਹਦੇ ਤੋਂ ਆਵਾਜ਼ ਸੁਣ ਕੇ ਕਿਰਤੀ ਕਾਮੇ ਆਪਦਾ ਕੰਮ ਧੰਦੇ ਲੱਗਦੇ ਸੀ, ਔਰ ਸ਼ਹਿਰ ਨੂੰ ਬੜੇ ਐਂ ਸਮਝ ਸਕਦੇ ਹਾਂ ਕਿ ਵੱਡੇ ਜਿਵੇਂ ਚੰਡੀਗੜ੍ਹ ਜਾਂ ਹੋਰ ਸੱਭਿਅਤਾ ਦੇ ਹਿਸਾਬ ਨਾਲ ਇਹ ਸ਼ਹਿਰ ਜਿਹੜਾ ਵਸਾਇਆ ਗਿਆ। ਪਰ ਜੇ ਇਤਿਹਾਸ ਦੀ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇੱਥੇ ਪਾਤਸ਼ਾਹ ਜਦੋਂ ਨਗਰਾਂ ਨੂੰ ਤਾਰਦੇ ਹੋਏ ਮੁਕਤਸਰ ਸਾਹਿਬ ਖਦਰਾਣੇ ਦੀ ਢਾਬ ਦੀ ਜੰਗ ਤੋਂ ਬਾਅਦ ਪਹੁੰਚਦੇ ਹੈ ਤਾਂ ਇੱਥੇ ਵੀ ਆ ਕੇ ਉਹਨਾਂ ਨੇ ਗਿੱਦੜ ਗਿੱਦੜੀ ਦਾ ਆਧਾਰ ਕੀਤਾ। ਆਧਾਰ ਕਰਨ ਤੋਂ ਬਾਅਦ ਉਹਨਾਂ ਨੇ ਆ ਕੇ ਇੱਥੇ ਇਸ ਨਗਰ ਨੂੰ ਵਸਾਇਆ, ਅਤੇ ਉਹੀ ਕਿਤੇ ਨਾ ਕਿਤੇ ਪੈਂਦਾ ਪੈਂਦਾ ਪਿੱਪਲੀ ਸਰ ਤੋਂ ਹੌਲੀ ਹੌਲੀ ਜਿਹੜਾ ਨਾਮ ਹੈ ਉਹ ਗਿੱਦੜਬਾਹਾ ਪਿਆ, ਗਿੱਦੜਬਾਹਾ ਇੱਥੇ ਬਣਿਆ। ਤਾਂ ਉਸ ਤੋਂ ਬਾਅਦ ਇਹ ਕਹਿ ਸਕਦੇ ਕਿ ਇਤਿਹਾਸ ਨੂੰ ਜੇ ਆਪਾਂ ਹਰ ਪੱਖ ਤੋਂ ਦੇਖੀਏ ਤਾਂ ਨੈਸ਼ਨਲ ਹਾਈਵੇ 'ਤੇ ਪੈਣ ਕਰਕੇ ਵਪਾਰਕ ਮੰਡੀ ਵੀ ਹੈ, ਔਰ ਵਪਾਰ ਦੀ ਗੱਲ ਕਰੀਏ ਜਿੱਥੇ ਹੋਰ ਵਪਾਰ ਹੁੰਦੇ ਆ ਸਭ ਤੋਂ ਵੱਡਾ। ਸ਼ਹਿਰ ਦਾ ਨਾਂ ਕਿਵੇਂ ਚੇਂਜ ਹੋਇਆ, ਕਿਵੇਂ ਗਿੱਦੜਬਾਹਾ ਗਿੱਦੜਬਾਹਾ ਹੋਇਆ? ਸ਼ਹਿਰ ਦਾ ਨਾਂ ਇਸ ਤਰ੍ਹਾਂ ਬਣਿਆ ਜੀ, ਸਭ ਤੋਂ ਪਹਿਲਾਂ ਪਿੱਪਲੀ ਸਰਨਾਮ ਸੀਗੇ ਜੀ ਜੋ ਪੁਰਾਣਾ ਇਤਿਹਾਸ ਹੈ, ਉਸ ਤੋਂ ਪਾਤਸ਼ਾਹ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਸ ਧਰਤੀ 'ਤੇ ਆਉਂਦੇ ਆ ਤਾਂ ਇੱਥੇ ਇੱਕ ਢਾਬ ਹੈ ਸਾਡੇ ਨਾਲ ਹੀ ਗੁਰਦੁਆਰਾ ਸਾਹਿਬ ਦੇ, ਤਾਂ ਉਹ ਢਾਬ ਸੀ, ਢਾਬ ਦੇ ਵਿੱਚੋਂ ਮਾਈਆਂ ਕੱਪੜੇ ਕੁੱਪੜੇ ਧੋਣੇ, ਪਾਣੀ ਲੈਣੇ ਕੰਮ ਆਉਂਦੀਆਂ ਸੀ, ਤਾਂ ਇੱਥੇ ਗਿੱਦੜ ਜੋ ਕੁੱਤੇ ਵਰਗਾ ਜਾਨਵਰ ਹੁੰਦਾ ਤਾਂ ਗਿੱਦੜ ਪੈਂਦੇ ਸੀ, ਤਾਂ ਉਹ ਮਾਈਆਂ ਦੇ ਕੱਪੜੇ ਲੈ ਕੇ ਜਾਂ ਮਾਈਆਂ ਨੂੰ ਪੈ ਜਾਂਦੇ ਸੀ, ਤਾਂ ਸੰਗਤਾਂ ਨੇ ਆ ਕੇ ਫਰਿਆਦ ਕੀਤੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਥੇ ਆ ਕੇ ਆਪਣੇ ਚਰਨ ਪਾਏ, ਰੁਕੇ 9 ਘੜੀਆਂ 9 ਦਿਨ 9 ਪਲ ਰਹੇ, ਤਾਂ ਉਹਨਾਂ ਨੇ ਇਸ ਗਿੱਦੜਗਿੱਦੜੀ ਨੂੰ ਇੱਕ ਵਿਆਹ ਰੂਪੀ ਕੌਤਕ ਰਚਾ ਕੇ ਉਹਨਾਂ ਦਾ ਆਧਾਰ ਕੀਤਾ, ਅਤੇ ਉਸ ਤੋਂ ਬਾਅਦ ਇਸ ਦਾ ਨਾਂ ਗਿੱਦੜਬਾਹਾ ਤੋਂ ਗਿੱਦੜ ਵਿਆਹ ਤੋਂ ਗਿੱਦੜਬਾਹਾ ਬਣਿਆ। ਵਪਾਰਕ ਤੌਰ 'ਤੇ ਵੀ ਏਸ਼ੀਆ ਦੇ ਵਿੱਚ ਮਸ਼ਹੂਰ ਹੈ, ਔਰ ਹੋਰ ਕੀ ਜਿਹੜੀ ਖਾਸੀਅਤ ਨੇ ਸ਼ਹਿਰ ਦੀਆਂ? ਵਪਾਰਕ ਤੌਰ 'ਤੇ ਤਾਂ ਤੁਸੀਂ ਜਾਣਦੇ ਹੋ ਜੀ, ਨਸਵਾਰ ਕਰਕੇ ਗਿੱਦੜਬਾਹਾ ਬਹੁਤ ਏਸ਼ੀਆ ਦੇ ਵਿੱਚ ਬਹੁਤ ਵੱਡਾ ਲੈਵਲ 'ਤੇ ਮਸ਼ਹੂਰ ਹੈ, ਔਰ ਉਹਦੇ ਪਿੱਛੇ ਜੇ ਇਤਿਹਾਸ ਦੇਖੀਏ ਤਾਂ ਕਿਤੇ ਨਾ ਕਿਤੇ ਸਾਡੇ ਸੰਤ ਫਕੀਰ ਨੇ ਬਾਬਾ ਗੰਗਾ ਰਾਮ ਜੀ, ਤਾਂ ਉਹਨਾਂ ਦੀ ਵੀ ਦੇਣ ਆ ਕਿ ਉਹਨਾਂ ਨੇ ਨੁਕਤਾ ਲੈ ਕੇ ਆਉਂਦਾ, ਔਰ ਇੱਥੇ ਨਸਵਾਰ ਦੇ ਕਾਰਖਾਨੇ ਬਣੇ 5 ਫੁੱਟ ਤੋਂ ਲੈ ਕੇ ਹੁਣ ਪਤਾ ਨਹੀਂ ਕਿੰਨੇ ਕੁ, ਮੇਰੇ ਪੂਰੇ ਨਾਮ ਹੀ ਨਹੀਂ ਯਾਦ, ਔਰ ਬਹੁਤ ਸਾਰੇ 2 ਫੁੱਟੋ 6 ਫੁੱਟੋ ਬੜੇ ਵੱਡੇ ਲੈਵਲ 'ਤੇ ਵਿਕਸਿਤ ਹੋਇਆ। ਉਸ ਤੋਂ ਬਾਅਦ ਇਸ ਤਰੀਕੇ ਨਾਲ ਚੱਲਿਆ ਕਿ ਨੈਸ਼ਨਲ ਹਾਈਵੇ 'ਤੇ ਪੈਂਦਾ, ਹੋਰ ਕਰਕੇ ਜਿੱਥੇ ਇਹ ਵਪਾਰ ਚੱਲਿਆ ਉੱਥੇ ਨਾਲ ਹੀ ਇਹ ਧਰਤੀ ਕਿਹੋ ਜਿਹੀ ਧਰਤੀ ਹੈ, ਸ਼ਹਿਰ ਨੂੰ ਬੜੇ ਵਧੀਆ ਤਰੀਕੇ ਨਾਲ ਵਸਾਇਆ ਗਿਆ, ਔਰ ਨਾਲ ਹੀ ਗੁਰੂਆਂ ਪੀਰਾਂ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਇਹ ਕਲਾਕਾਰਾਂ ਦੀ ਬਹੁਤ ਵੱਡੀ ਧਰਤੀ ਹੈ, ਜਿਹਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬੀ ਦੇ ਸਰਮੋਰ ਗਾਇਕ ਗੁਰਦਾਸ ਮਾਨ ਜੀ ਇੱਥੋਂ ਦੇ ਜੰਮਪਲ ਨੇ, ਔਰ ਇੱਥੇ ਰਹਿ ਰਹੇ ਨੇ, ਆਉਂਦੇ ਵੀ ਨੇ, ਔਰ ਹੋਰ ਬਹੁਤ ਸਾਰੇ ਕਲਾਕਾਰ, ਮੇਹਰ ਮਿੱਤਰ ਜੀ ਹੋ ਗਏ, ਅਸ਼ੋਕ ਮਸਤੀ ਜੀ ਹੋ ਗਏ, ਨਰੇਸ਼ ਕਤੂਰੀਆ ਜੀ ਹੋ ਗਏ, ਜਾਨੀ ਸਿੰਗਰ ਹੈ ਜੋ ਉਹ ਹੈ, ਹੋਰ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਜਿਨ੍ਹਾਂ ਕਰਕੇ ਗਿੱਦੜਬਾਹਾ ਦਾ ਨਾਮ ਉਹਨਾਂ ਨਾਲ ਜੁੜਿਆ ਹੋਇਆ, ਔਰ ਗਿੱਦੜਬਾਹਾ ਇੱਕ ਧਰਮ ਧਰਤੀ ਦੇ ਨਾਲ ਨਾਲ ਕਲਾਕਾਰਾਂ ਦੀ ਧਰਤੀ, ਵਪਾਰਕ ਧਰਤੀ, ਔਰ ਨਾਲ ਮੈਂ ਕਹੂੰਗਾ ਕਿ ਰਾਜਨੀਤਿਕ ਪੱਖੋਂ ਇਸ ਧਰਤੀ ਨੂੰ ਜੇ ਆਪਾਂ ਕਹੀਏ ਤਾਂ 4 ਚੰਨ ਲਾਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਪਹਿਲੀ ਚੋਣ ਉਹ ਇੱਥੋਂ ਲੜਦੇ ਆ, ਉੱਥੋਂ ਜਿੱਤਦੇ ਆ, ਪਹਿਲੀ ਵਾਰ ਮੁੱਖ ਮੰਤਰੀ ਇੱਥੋਂ ਬਣਦੇ ਆ, ਉਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ 4 ਵਾਰ ਇੱਥੋਂ ਦੇ MLA ਰਹਿ ਕੇ ਖਜ਼ਾਨਾ ਮੰਤਰੀ ਤੱਕ ਪਹੁੰਚੇ, ਫਿਰ ਅਮਰਿੰਦਰ ਸਿੰਘ ਰਾਜਾ ਵੜਿੰਗਾ ਆਇਆ, ਅੱਜ ਵੀ ਇਹ ਸੀਟ ਜਿਹੜੀ ਹੌਟ ਸੀਟ ਬਣੀ ਹੋਈ ਆ, ਹੁਣ ਕਿਤੇ ਨਾ ਕਿਤੇ ਜਿਮਣੀ ਚੋਣ ਵੀ ਹੋਣ ਜਾ ਰਹੀ ਹੈ। ਮੇਰਾ ਨਾਂ ਜੀ ਗੀਤਕਾਰ ਅਤੇ ਭਜਨ ਗਾਇਕ ਰਾਜੂ ਕਿੰਗਰਾ, ਗਿੱਦੜਬਾਹਾ। ਇਤਿਹਾਸ ਤੋਂ ਗੱਲ ਕਰੀਏ ਗਿੱਦੜਬਾਹਾ ਦੀ ਤਾਂ ਕਾਫੀ ਸਮਾਂ ਪੁਰਾਣਾ ਇਤਿਹਾਸ ਹੈ ਗਿੱਦੜਬਾਹਾ ਦਾ, ਕਾਫੀ ਪੁਰਾਣਾ ਸ਼ਹਿਰ ਹੈ ਗਿੱਦੜਬਾਹਾ ਦਾ। 1909 ਦਾ ਇਹ ਸਟੋਨ ਤੋਂ ਗੱਲ ਕਰੀਏ ਤਾਂ ਘੰਟਾ ਘਰ ਦੇ ਉੱਤੇ 1909 ਲਿਖਿਆ ਹੋਇਆ।
ਅਤੇ ਦੂਸਰਾ ਜੇ ਆਪਾਂ ਗੱਲ ਕਰੀਏ ਕਲਾਕਾਰਾਂ ਦੀ ਧਰਤੀ ਹੈ, ਪੀਰਾਂ ਫਕੀਰਾਂ ਦੀ ਧਰਤੀ ਹੈ, ਪਹਿਲਵਾਨਾਂ ਦੀ ਧਰਤੀ ਹੈ। ਜੇ ਕਲਾਕਾਰਾਂ ਦੀ ਨਾਂ ਗੱਲ ਕਰੀਏ ਤਾਂ ਬਹੁਤ ਵੱਡਾ ਨਾਂ ਹੈ ਸਾਡੇ ਗੁਰਦਾਸ ਮਾਨ ਸਾਹਿਬ ਦਾ ਇਸ ਧਰਤੀ ਤੋਂ, ਗਿੱਦੜਬਾਹਾ ਸ਼ਹਿਰ ਦੇ ਹੈ ਬਹੁਤ ਨਾਂ। ਇਸ ਧਰਤੀ ਤੋਂ ਉੱਠ ਕੇ ਉਹਨਾਂ ਨੇ ਬੰਬੇ ਤੱਕ ਆਪਣਾ ਨਾਂ ਬਣਾਇਆ ਹੋਇਆ ਹੈ। ਔਰ ਦੂਸਰਾ ਹਾਕਮ ਸੂਫੀ ਸਾਹਿਬ ਸਾਹਿਬ, ਫਿਰ ਸੁਰਿੰਦਰ ਜੀ, ਭਾਬੋ ਫਿਲਮ ਦੇ ਵਿੱਚ ਉਹਨਾਂ ਨੇ ਕੰਮ ਕੀਤਾ, ਛੋਟੀਆਂ ਮੋਟੀਆਂ ਹੋਰ ਫਿਲਮਾਂ ਜਿਹੜੀਆਂ ਬਣਾਈਆਂ ਸੀ। ਔਰ ਦੂਸਰਾ ਮੇਲ ਮਿੱਤਰ ਸਾਹਿਬ, ਹਾਸਿਆਂ ਦੇ ਬਾਦਸ਼ਾਹ, ਜਿਨ੍ਹਾਂ ਨੇ ਕਾਫੀ, ਉਹਨਾਂ ਨੇ ਬਹੁਤ ਜ਼ਿਆਦਾ ਹਾਸ ਰਸ ਦੇ ਇਤਿਹਾਸ, ਹਾਸ ਰਸ ਦੇ ਮਤਲਬ ਫਿਲਮਾਂ ਬਣਾਈਆਂ ਹਨ। ਔਰ ਜੇ ਆਪਾਂ ਗੱਲ ਕਰੀਏ ਗੀਤਕਾਰਾਂ ਦੇ ਵਿੱਚ, ਤੇ ਜਾਨੀ ਤੇ ਪਾਲੀ ਦਾ ਕਾਫੀ ਨਾਂ ਹੈ। ਜਾਨੀ ਦਾ ਕਾਫੀ ਨਾਂ ਹੈ ਹਾਲੀਵੁੱਡ ਤੇ ਬਾਲੀਵੁੱਡ ਦੇ ਵਿੱਚ, ਨਾਂ ਕਾਫੀ ਉਹਨਾਂ ਦਾ ਬਹੁਤ ਵਧੀਆ ਨਾਂ ਬਣਾਇਆ ਹੋਇਆ ਇਤਿਹਾਸ ਦੇ ਵਿੱਚ, ਗਿੱਦੜਬਾਹਾ ਦੇ ਵਿੱਚ ਕਾਫੀ ਨਾਂ ਹੈ ਉਹਨਾਂ ਦਾ। ਤੇ ਦੂਸਰਾ ਜੇ ਆਪਾਂ ਪਹਿਲਵਾਨਾਂ ਦੀ ਗੱਲ ਕਰੀਏ, ਇਹ ਜਿੱਥੇ ਪੀਰਾਂ ਫਕੀਰਾਂ, ਗੁਰੂਆਂ ਪੀਰਾਂ ਦੀ ਧਰਤੀ ਹੈ, ਗੀਤਕਾਰਾਂ ਦੀ ਧਰਤੀ ਹੈ, ਕਲਾਕਾਰਾਂ ਦੀ ਧਰਤੀ ਹੈ, ਉੱਥੇ ਪਹਿਲਵਾਨਾਂ ਦੀ ਵੀ ਧਰਤੀ ਹੈ। ਕਿਉਂਕਿ ਇਸ ਧਰਤੀ ਤੋਂ ਅੱਛੇ ਅੱਛੇ ਪਹਿਲਵਾਨ ਪੈਦਾ ਹੋਇਆ। ਮੁਖਤਿਆਰ ਸਿੰਘ ਛਾਂਗਾ ਪਹਿਲਵਾਨ ਹੋਇਆ, ਕਾਕਾ ਪਹਿਲਵਾਨ ਹੋਇਆ, ਫੂਲਾ ਪਹਿਲਵਾਨ ਹੋਇਆ, ਤੇਜਾ ਪਹਿਲਵਾਨ ਹੋਇਆ, ਔਰ ਇਸ ਟਾਈਮ ਮੌਜੂਦਾ ਜਿਹੜਾ ਟ੍ਰੇਨਿੰਗ ਦੇ ਰਹੇ ਆ ਉਹ ਕਾਕਾ ਪਹਿਲਵਾਨ ਜੀ ਦੇ ਰਹੇ। ਇੱਥੇ ਅਖਾੜਾ ਵੀ ਬਣਿਆ ਹੋਇਆ ਪਹਿਲਵਾਨਾਂ ਦਾ, ਨਸ਼ਿਆਂ ਤੋਂ ਜਿਹੜਾ ਬੱਚਿਆਂ ਨੂੰ ਬਚਾਉਣ ਵਾਸਤੇ ਕਾਫੀ ਉਹ ਟ੍ਰੇਨਿੰਗ ਦੇ ਰਹੇ ਨੇ ਬੱਚਿਆਂ ਨੂੰ। ਉਹ ਇਹ ਇਤਿਹਾਸ, ਹੋਰ ਵੀ ਕਾਫੀ ਅੱਛੇ ਅੱਛੇ ਬੱਚੇ ਕਲਾਕਾਰਾਂ ਦੇ ਤੌਰ 'ਤੇ, ਗੀਤਕਾਰਾਂ ਦੇ ਤੌਰ 'ਤੇ ਆਪਦੀਆਂ ਆਪਦੀਆਂ ਮਿਹਨਤਾਂ ਕਰ ਰਹੇ ਆ ਬੁਲੰਦੀਆਂ ਨੂੰ ਛੋਹਣ ਵਾਸਤੇ। ਜਿਹੜਿਆਂ ਦਾ ਨਾਂ ਬਣਿਆ ਹੋਇਆ ਹੈ, ਜਿੱਦਾਂ ਦਾ ਦੀਪਕ ਢਿੱਲੋਂ ਹੈ ਕਲਾਕਾਰਾਂ ਦੇ ਵਿੱਚੋਂ, ਜੁਗਨੀ ਢਿੱਲੋਂ ਹੈ, ਜਿਨ੍ਹਾਂ ਦਾ ਕੁਛ ਨਾਂ ਰਹਿ ਵੀ ਗਿਆ ਹੋਣਾ ਮੇਰੇ ਤੋਂ ਬੋਲਣ ਵਾਸਤੇ, ਉਹਨਾਂ ਨੇ ਕਾਫੀ ਨਾਂ ਬਣਾਇਆ ਹੋਇਆ ਹੈ ਅਤੇ ਕੁਛ ਨਾਂ ਬਣਾਉਣ ਦੀ ਤਾਕਤ ਦੇ ਵਿੱਚ ਹਨ।